ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਮੈਂ ਡਾਕਟਰ ਜਸਵੰਤ ਸਿੰਘ ਨੇਕੀ ਦੇ ਜੀਵਨ ਬਾਰੇ ਜਿਹੜੇ ਕਿ ਕਵੀ ਦੇ ਤੌਰ ਤੇ ਜਿਹੜੇ ਕਿ ਇਹਨਾਂ ਦੇ ਜੀਵਨ ਬਾਰੇ ਜਿਹੜੇ ਕਿ ਤੁਹਾਨੂੰ ਜਾਣੂ ਕਰਵਾ ਰਹੀ ਹਾਂ ਤੇ ਇਹ ਵਾਲੀ ਜਿਹੜੇ ਕਿ ਵੀਡੀਓ ਪੰਜਾਬੀ ਮਾਸਟਰ ਕੈਡਰ UGC NET ਪੰਜਾਬੀ TGT ਪੰਜਾਬੀ ਤੇ ਅਦਰ ਐਗਜ਼ਾਮ ਜਿਨ੍ਹਾਂ ਦੇ ਵਿੱਚ ਵੀ ਪੰਜਾਬੀ ਸਾਹਿਤ ਦੇ ਵਿੱਚ ਓਸ਼ਨਸ ਆਉਂਦੇ ਨੇ ਉਹਨਾਂ ਲਈ ਜਿਹੜੀ ਕਿ ਬਹੁਤ ਹੀ ਯੂਸਫੁਲ ਹੈ ਇਹ ਵੀਡੀਓ ਹੋਊਗੀ ਤੇ ਇਸ ਵੀਡੀਓ ਦੇ ਵਿੱਚ ਮੈਂ ਜਿਹੜੀ ਕਿ ਜਸਵੰਤ ਸਿੰਘ ਨੇਕੀ ਦੀ ਥਿਊਰੀ ਕਰਵਾ ਰਹੀ ਹਾਂ ਪਲੱਸ 2 ਕਲਾਸ ਦੀ ਜਿਹੜੀ ਕਿ ਬੁੱਕ ਪੰਜਾਬੀ ਇਲੈਕਟਿਵ ਦੇ ਵਿੱਚੋਂ ਕਰਵਾਇਆ ਜਾ ਰਿਹਾ ਹੈ ਟੌਪਿਕ ਹਾਂਜੀ ਅ ਕਿਉਂਕਿ ਅਗਰ ਜਿਹੜੇ ਕਿ ਟੌਪਿਕ ਕਲੀਅਰ ਹੋਵੇ ਤਾਂ ਐਮਸੀਕਿਊਜ਼ ਆ ਜਿਹੜੇ ਕਿ ਆਪਾਂ ਬਹੁਤ ਹੀ ਵਧੀਆ ਜਿਹੜੇ ਕਿ ਕਰ ਕਰ ਸਕਦੇ ਆ ਹਾਂਜੀ ਜੀਵਨ ਡਾਕਟਰ ਜਸਵੰਤ ਸਿੰਘ ਨੇਕੀ ਦਾ ਜਿਹੜੇ ਕਿ ਜਨਮ 27 ਅਗਸਤ 1925 ਨੂੰ ਪਿੰਡ ਮੁਰੀਦ ਜ਼ਿਲ੍ਹਾ ਜੇਲਮ ਦੇ ਵਿੱਚ ਹੋਇਆ ਜਸਵੰਤ ਸਿੰਘ ਨੇਕੀ ਦਾ ਜਿਹੜੇ ਕਿ ਜਨਮ 27 ਅਗਸਤ 1925 ਨੂੰ ਇਹਨਾਂ ਦਾ ਜਨਮ ਹੋਇਆ ਤੇ ਇਹਨਾਂ ਦਾ ਦੇਹਾਂਤ ਹੋਇਆ ਸੀ 11 ਸਤੰਬਰ 2015 ਤੇ ਇਹਨਾਂ ਦਾ ਜਨਮ ਜਿਹੜੇ ਕਿ ਪਿੰਡ ਮਰੀਦ ਦੇ ਵਿੱਚ ਤੇ ਜ਼ਿਲ੍ਹਾ ਜ਼ੇਲਮ ਦੇ ਵਿੱਚ ਹੋਇਆ ਤੇ ਇਹਨਾਂ ਦੇ ਪਿਤਾ ਦਾ ਨਾਂ ਸੀ ਸਰਦਾਰ ਹਰੀ ਗੁਲਾਬ ਸਿੰਘ ਤੇ ਮਾਤਾ ਜੀ ਦਾ ਨਾਂ ਸੀ ਸ਼੍ਰੀਮਤੀ ਸੀਤਾਵੰਤ ਤੇ 1949 ਈਸਵੀ ਦੇ ਵਿੱਚ ਜਸਵੰਤ ਸਿੰਘ ਨੇ ਕਿਨੇ ਜਿਹੜੀ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮ ਬੀਬੀਐਸ ਦੀ ਜਿਹੜੀ ਕਿ ਡਿਗਰੀ ਹਾਸਲ ਉਹ ਕੀਤੀ ਅੰਮ੍ਰਿਤਸਰ ਕਾਲਜ ਤੋਂ ਇਹਨਾਂ ਨੇ ਜਿਹੜੇ ਕਿ ਐਮ ਬੀਬੀ ਐਸ ਦੀ ਡਿਗਰੀ ਹਾਸਲ ਕੀਤੀ ਤੇ ਉਸ ਤੋਂ ਮਗਰੋਂ 1955 ਈਸਵੀ ਦੇ ਵਿੱਚ ਇਹਨਾਂ ਨੇ ਜਿਹੜੇ ਕਿ ਅਲੀਗੜ ਯੂਨੀਵਰਸਿਟੀ ਤੋਂ ਮਨੋਵਿਗਿਆਨ ਦੀ ਐਮਏ ਕੀਤੀ ਸਾਈਕੋਲੋਜੀ ਦੀ ਜਿਹੜੇ ਕਿ ਇਹਨਾਂ ਨੇ ਐਮਏ ਕੀਤੀ ਸੀ 1955 ਈਸਵੀ ਦੇ ਵਿੱਚ ਅਲੀਗੜ ਯੂਨੀਵਰਸਿਟੀ ਤੋਂ ਤੇ 1958 ਈਸਵੀ ਦੇ ਵਿੱਚ ਡੀਪੀਐਮ ਮਨੋਚਿਕਿਤਾ ਦੀ ਜਿਹੜੀ ਕਿ ਕੀਤੀ ਤੇ کافی ਸਮਾਂ ਜਿਹੜੇ ਕਿ ਉਹ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਅਧਿਆਪਕ ਰਹੇ ਤੇ 1968 ਈਸਵੀ ਤੋਂ 78 ਈਸਵੀ ਤੱਕ 1968 ਤੋਂ 1978 ਈਸਵੀ ਤੱਕ ਜਿਹੜੇ ਕਿ 올 ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਨਵੀਂ ਦਿੱਲੀ ਦੇ ਵਿੱਚ ਜਿਹੜੇ ਕਿ ਉਹ ਮਨੋਚਿਕਤਾ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਰਹੇ ਮਿੰਨ 1968 ਤੋਂ 78 ਈਸਵੀ ਤੱਕ ਜਿਲੇ ਕਿ ਉਹਨੇ ਨਵੀਂ ਦਿੱਲੀ ਦੇ ਵਿੱਚ ਮਨੋਚਿਕਤਾ ਵਿਭਾਗ ਦੇ ਮੁਖੀ ਰਹੇ ਤੇ ਪ੍ਰੋਫੈਸਰ ਰਹੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਵਿੱਚ ਅਤੇ 1978 ਤੇ 81 ਈਸਵੀ ਦੇ ਵਿੱਚ ਪੀਜੀਆਈ ਚੰਡੀਗੜ੍ਹ ਦੇ ਜਿਹੜੇ ਕਿ ਡਾਇਰੈਕਟਰ ਰਹੇ ਤੇ ਡਾਕਟਰ ਜਸਵੰਤ ਸਿੰਘ ਨੇਕੀ ਜਿਹੜੇ ਕਿ ਮਨੋਚਿਕਤਾ ਦੇ ਤੌਰ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਸਨ ਡਾਕਟਰ ਜਸਵੰਤ ਸਿੰਘ ਜਿਹੜੇ ਕਿ ਮਨੋਚਿਕਤਾ ਦੇ ਤੌਰ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਜਿਹੜੇ ਕਿ ਉਹ ਮਾਲਕ ਸਨ ਤੇ ਉਹ ਮਨੋਚਿਕਿਤਸਾ ਨਾਲ ਸੰਬੰਧਿਤ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੈਂਬਰ ਸਨ ਤੇ ਉਹ ਵਿਸ਼ਵ ਸੰਸਥਾ ਵਿਸ਼ਵ ਸਿਹਤ ਸੰਸਥਾ WHO ਦੇ ਵੀ ਮੈਂਬਰ ਰਹੇ ਇੰਪੋਰਟੈਂਟ ਹੈ ਕਿ ਉਹ WHO ਦੇ ਵੀ ਜਿਹੜੇ ਕਿ ਮੈਂਬਰ ਰਹੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮਨੋਚਿਕਤਾ ਨਾਲ ਸੰਬੰਧਿਤ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਨਾਲ ਸੰਬੰਧਿਤ ਸੀ ਤੇ WHO ਦੇ ਵੀ ਮੈਂਬਰ ਰਹੇ ਅੱਗੇ ਇਹਨਾਂ ਦੇ ਰਚਨਾਮਾਨੇ ਸਭ ਤੋਂ ਪਹਿਲੀ ਜਿਹੜੇ ਕਿ ਇਹਨਾਂ ਦਾ ਕਾਵ ਸੰਗ੍ਰਹਿ ਅਸਲੇ ਤੇ ਓਲੇ ਸਭ ਤੋਂ ਪਹਿਲਾ ਕਾਵ ਸੰਗ੍ਰਹਿ ਇਹਨਾਂ ਦਾ ਅਸਲੇ ਤੇ ਓਲੇ ਜਿਸ ਦਾ ਸਮਾਂ 1955 ਅਸਲੇ ਤੇ ਓਲੇ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ 1955 ਤੇ ਉਸ ਤੋਂ ਅੱਗੇ ਇਹ ਮੇਰੇ ਸੰਸੇ ਇਹ ਮੇਰੇ ਗੀਤ ਜਿਹੜੇ ਕਿ ਡਾਕਟਰ ਹਰਪਜਨ ਸਿੰਘ ਨੂੰ ਇਹਨਾਂ ਨੇ ਪੇਂਟ ਕੀਤੀ ਹੈ ਇਹ ਇਹ ਮੇਰੇ ਸੰਸੇ ਇਹ ਮੇਰੇ ਗੀਤ ਇਸ ਦੇ ਵਿੱਚੋਂ ਇਸ ਕਾਵ ਸੰਗ੍ਰਹਿ ਦੇ ਵਿੱਚ ਜਿਹੜੇ ਕਿ ਉਹਨਾਂ ਨੇ ਕੋਈ ਭੂਮਿਕਾ ਨਹੀਂ ਲਿਖੀ ਤੇ ਨਾ ਹੀ ਉਹਨਾਂ ਨੇ ਜਿਹੜੇ ਕਿ ਇਸ ਦੇ ਵਿੱਚ ਆਪਣੇ ਸ਼ਬਦ ਦਿੱਤੇ ਨੇ ਤੇ ਨਾ ਹੀ ਇਹਦੇ ਵਿੱਚ ਕੋਈ ਅੰਤਿਕਾ ਦਾ ਕੋਈ ਇਹਨਾਂ ਨੇ ਜਿਹੜੇ ਕਿ ਸਹਾਇਕ ਨੋਟ ਦਿੱਤਾ ਤੇ ਉਹਨਾਂ ਨੇ ਜਿਹੜੇ ਕਿ ਇਹ ਪੁਸਤਕ ਡਾਕਟਰ ਹਰਪਜਨ ਸਿੰਘ ਨੂੰ ਪੇਂਟ ਕੀਤੀ ਆ ਕਿਹਣੀ ਕੀਤੀ ਆ ਇਹ ਮੇਰੇ ਸੰਸੇ ਇਹ ਮੇਰੇ ਗੀਤ ਤੇ ਇਸ ਦਾ ਜਿਹੜੇ ਕਿ ਵਰਾ ਦਾ 1957ਵੀ ਲਿਖਿਆ ਮਿਲਦਾ ਤੇ 1965ਵੀ ਲਿਖਿਆ ਮਿਲਦਾ ਇਹੇ ਮੇਰੇ ਸੰਸੇ ਇਹ ਮੇਰੇ ਗੀਤਾ ਅੱਗੇ ਸੀ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਇਸ ਦਾ ਜਿਹੜੇ ਕਿ ਵਰਾ 1975 ਅੱਗੇ ਕਰੋਨਾ ਦੀ ਛੋਹ ਤੋਂ ਮਗਰੋਂ ਤੇ ਇਸ ਦਾ ਜਿਹੜੇ ਕਿ ਕਰੋਨਾ ਦੀ ਛੋਹ ਤੋਂ ਮਗਰੋਂ ਦਾ ਜਿਹੜੇ ਕਿ ਵਰਾ 1977ਵੀ ਮਿਲਦਾ ਤੇ 1978ਵੀ ਮਿਲਦਾ ਜਿਸ ਕਰਕੇ ਮੈਂ ਦੋਨੋਂ ਹੀ ਲਿਖੇ ਹੋਏ ਨੇ ਅੱਗੇ ਪ੍ਰਤੀਬਿੰਬਾਂ ਦੇ ਸਰੋਵਰ ਚੋਂ ਇਸ ਨੂੰ ਜਿਹੜੇ ਕਿ 1981 ਇਸਵੀ ਦੇ ਵਿੱਚ ਤੇ ਨਾ ਇਹ ਗੀਤ ਨਾ ਇਹ ਗੀਤ ਦਾ ਵਿਰਹਾ ਇਹ ਜਿਹੜਾ ਕਿ ਕਾਵ ਸੰਗ੍ਰਹਿ ਇਸ ਦਾ ਪ੍ਰਕਾਸ਼ਨ ਵਾਰੋ 1983ਵੀ ਮਿਲਦਾ ਤੇ 1984ਵੀ ਨੈਕਸਟਾ ਵਿਰੇ ਵਿਰਖੇ ਸਭ ਜੰਤ ਇਹਦਾ 1989 89 ਤੇ ਅੱਗੇ ਪਾਣੀ ਵਿੱਚ ਪਤਾਸੀ ਜਿਹੜੇ ਕਿ ਇਹਨਾਂ ਦਾ ਵਾਲਕਾਵ ਹੈ ਇਹ ਵੀ ਇੰਪੋਰਟੈਂਟ ਹੈ ਕਿ ਜਸਵੰਤ ਸਿੰਘ ਨੇ ਕੀ ਦਾ ਜਿਹੜੇ ਕਿ ਕਿਹੜਾ ਵਾਲਕਾਵ ਹੈ ਤਾਂ ਹੋਇਆ ਹੈਗਾ ਪਾਣੀ ਵਿੱਚ ਪਤਾਸੀ ਤੇ ਇਸ ਤੋਂ ਇਲਾਵਾ ਗੀਤ ਮੇਰਾ ਸੋਹਿਲਾ ਤੇਰਾ ਇਹ ਵੀ ਇਹਨਾਂ ਦਾ ਕਾਵ ਸੰਗ੍ਰਹਿ ਹੈ ਤੇ ਕਉ ਕੋਈ ਨਾ ਜਾਣੇ ਮੇਰਾ ਇਹ ਇਹਨਾਂ ਦੀ ਜਿਹੜੀ ਕਿ ਸਵੈ ਜੀਵਨੀ ਹੈ ਜਿਸ ਦਾ ਪ੍ਰਕਾਸ਼ਨ ਵਰਾ 2000 ਇਸਵੀ ਹੈ ਕੋਈ ਨਾ ਜਾਣੇ ਮੇਰਾ ਉਹਨਾਂ ਦੀ ਜਿਹੜੀ ਕਿ ਇਹ ਸਵੈ ਜੀਵਨੀ ਹੈ ਜਿਹੜੀ ਕਿ ਕਾਵ ਰੂਪ ਦੇ ਵਿੱਚ ਲਿਖੀ ਹੋਈ ਹੈ ਇਹ ਤੇ ਜਿਹੜਾ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਹੈ ਅਸਲੇ ਤੇ ਓਲੇ 1955 ਈਸਵੀ ਦੇ ਵਿੱਚ ਜਿਸ ਦਾ ਪ੍ਰਕਾਸ਼ਨ ਵਰਾ ਇਸ ਕਾਵ ਸੰਗ੍ਰਹਿ ਦੇ ਵਿੱਚ ਜਿਹੜੇ ਕਿ ਕਵਿਤਾਵਾਂ ਨੇ ਉਹਨਾਂ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਅਸਲੇ ਤੇ ਓਲੇ ਜਿਹੜੇ ਕਿ ਇਹਦੇ ਵਿੱਚ ਕਵਿਤਾਵਾਂ ਨੇ ਉਹਨਾਂ ਦੇ ਚਾਰ ਪਾਰਟਸ ਬਣਾਏ ਹੋਏ ਨੇ ਇੱਕ ਹੈ ਅਸਲੇ ਓਲੇ ਅਸਲੇ ਓਲੇ ਪੈਰਾ ਚਿੱਤਰ ਕਿੰਗ ਆ ਰਿਹਾ ਕਿੰਗ ਰਿਹਾ ਇਹ ਜਿਹੜੇ ਕਿ ਉਹਨਾਂ ਦੇ ਅਸਲੇ ਤੇ ਓਲੇ ਕਾਵ ਸੰਗ੍ਰਹਿ ਦੇ ਜਿਹੜੇ ਕਿ ਚਾਰ ਪਾਰਟਸ ਬਣਾਇਨੇ ਕਵਿਤਾਵਾਂ ਦੇ ਅਸਲੇ ਓਲੇ ਪੈਰਾਚਿੱਤਰ ਕਿੰਗ ਰਿਹਾ ਤੇ ਅਸਲੇ ਤੇ ਅਸਲੇ ਦੇ ਵਿੱਚ ਜਿਹੜੇ ਕਿ ਉਹਨਾਂ ਨੇ ਮਨੁੱਖੀ ਸਮੱਸਿਆਵਾਂ ਦਾ ਵਿਸ਼ਾ ਲਿਆ ਤੇ ਓਲੇ ਦੇ ਵਿੱਚ ਜੀਵਨ ਤੇ ਪਿਆਰ ਬਾਰੇ ਜਿਹੜੇ ਕਿ ਵਰਣਨ ਕੀਤਾ ਹੋਇਆ ਉਹਨਾਂ ਦੇ ਵਿੱਚ ਓਲੇ ਦੇ ਵਿੱਚ ਜਿਹੜੇ ਕਿ ਜੀਵਨ ਤੇ ਪਿਆਰ ਬਾਰੇ ਨੀਕੀ ਦੇ ਜਸਵੰਤ ਸਿੰਘ ਨੀਕੀ ਦੇ ਜਿਹੜੇ ਖਿਆਲ ਨੇ ਉਹ ਉਹਨਾਂ ਦੇ ਵਿੱਚੋਂ ਝਲਕਦੇ ਨੇ ਤੇ ਪੈਰਾਚਿੱਤਰ ਦੇ ਵਿੱਚ ਜਸਵੰਤ ਸਿੰਘ ਨੀਕੀ ਦੀਆਂ ਨਿੱਜੀ ਯਾਦਾਂ ਨੇ ਨਿੱਜੀ ਯਾਦਾਂ ਨੇ ਪੈਰਾਚਿੱਤਰ ਦੇ ਵਿੱਚ ਕਿੰਗਰਿਆ ਦੇ ਵਿੱਚ ਜਿਹੜੇ ਕਿ ਇਸ ਦੇ ਵਿੱਚ ਭਾਵਾਂ ਦੇ ਕਿੰਗਰਿਆ ਤੋਂ ਜਿਹੜੇ ਕਿ ਵਰਣਨ ਕੀਤਾ ਹੋਇਆ ਜਿਨ੍ਹਾਂ ਦੇ ਵਿੱਚ ਨਿੱਕੇ ਨਿੱਕੇ ਸੁਪਨੇ ਜਿਹੜੇ ਕਿ ਉਹਨਾਂ ਬਾਰੇ ਵਰਣਨ ਕੀਤਾ ਹੋਇਆ ਤੇ ਕਰੋਨਾ ਦੀ ਸ਼ੂ ਜਿਸ ਨੂੰ ਜਿਹੜੇ ਕਿ ਸ਼ੂ ਤੋਂ ਮਗਰੋਂ ਇਹਨਾਂ ਨੂੰ ਜਿਹੜੇ ਕਿ ਇਸ ਤੇ ਸਾਹਿਤਿਕ ਅਕਾਦਮੀ ਅਵਾਰਡ ਵੀ ਹਾਸਿਲ ਹੋਇਆ ਤੇ ਇਸ ਦੇ ਜਿਹੜੇ ਕਿ ਇਹਦੇ ਵਿੱਚ ਰਚਨਾ ਨੂੰ ਉਹਨਾਂ ਪੰਜ ਭਾਗਾਂ ਦੇ ਵਿੱਚ ਵੰਡਿਆ ਹੋਇਆ ਇਸ ਦੇ ਚਾਰ ਪਾਰਟ ਨੇ ਤੇ ਕਰੋਨਾ ਦੇ ਸ਼ੂ ਤੋਂ ਮਗਰੋਂ ਦੇ ਜਿਹੜੇ ਕਿ 5 ਪਾਰਟਸ ਨੇ ਨੈਕਸਟ ਹੈ ਅੱਗੇ ਨਾਲ ਨੂੰ ਕਿਹੜੇ ਕਿਹੜੇ ਜਿਹੜੇ ਕਿ ਪੁਰਸਕਾਰ ਉਹਨਾਂ ਨਾਲ ਸਨਮਾਨਿਤ ਹੋਏ ਨੇ ਜਸਵੰਤ ਸਿੰਘ ਨੇਕੀ ਦੀ ਜਿਹੜੀ ਕਿ ਪੁਸਤਕ ਇਹ ਮੇਰੇ ਸੰਸੇ ਇਹ ਮੇਰੇ ਗੀਤ ਇਸ ਨੂੰ ਜਿਹੜੇ ਕਿ ਪੰਜਾਬ ਸਰਕਾਰ ਦਾ ਪੁਰਸਕਾਰ ਹਾਸਲ ਹੋਇਆ 1957 ਈਸਵੀ ਦੇ ਵਿੱਚ ਇੰਪੋਰਟੈਂਟ ਕਿ ਜਸਵੰਤ ਸਿੰਘ ਨੇਕੀ ਦੀ ਕਿਹੜੀ ਪੁਸਤਕ ਨੂੰ ਜਿਹੜੀ ਕਿ ਪੰਜਾਬ ਸਰਕਾਰ ਪੁਰਸਕਾਰ ਹਾਸਲ ਹੋਇਆ ਤਾਂ ਉਹ ਹੈਗੀ ਆ ਇਹ ਮੇਰੇ ਸੰਸੇ ਇਹ ਮੇਰੇ ਗੀਤ ਇਸ ਨੂੰ 1957 ਈਸਵੀ ਦੇ ਵਿੱਚ ਜਿਹੜੇ ਕਿ ਹਾਸਲ ਹੋਇਆ ਇਹ ਮੇਰੇ ਸੰਸੇ ਇਹ ਮੇਰੇ ਗੀਤ ਤੇ ਨੈਕਸਟ ਹੈ ਕਰੋਨਾ ਦੀ ਸ਼ੋ ਤੋਂ ਮਗਰੋਂ ਇਸ ਨੂੰ ਜਿਹੜੇ ਕਿ 1979 ਈਸਵੀ ਦੇ ਵਿੱਚ ਸਾਹਿਤ ਸਾਹਿਤ ਅਕਾਦਮੀ ਜਿਹੜੇ ਕਿ ਪੁਰਸਕਾਰ ਮਿਲਿਆ ਕਰੋਨਾ ਦੇ ਸ਼ੋ ਤੋਂ ਮਗਰੋਂ 1900 79 ਈਸਵੀ ਦੇ ਵਿੱਚ 1979 ਦੇ ਵਿੱਚ ਜਿਹੜੇ ਕਿ ਸਾਹਿਤਿਕ ਅਕਾਦਮੀ ਨੂੰ ਪੁਰਸਕਾਰ ਹਾਸਿਲ ਹੋਇਆ ਕਰੋਨਾ ਦੀ ਸ਼ੋ ਤੋਂ ਮਗਰੋਂ ਤੇ ਨੈਕਸਟ ਹੈ ਪ੍ਰਤੀਬਿੰਬਾਂ ਦੇ ਸਰੋਵਰ ਚੋਂ ਇਹਨਾਂ ਨੂੰ ਜਿਹੜੇ ਕਿ 1981 ਈਸਵੀ ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਦਾ ਜਿਹੜੇ ਕਿ ਪੁਰਸਕਾਰ ਮਿਲਿਆ ਭਾਸ਼ਾ ਵਿਭਾਗ ਜਿਹੜੇ ਕਿ ਪੰਜਾਬ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ 1981 ਈਸਵੀ ਦੇ ਵਿੱਚ ਤੇ ਇੱਕ ਸੰਗ੍ਰਹਿ ਸੀ ਪ੍ਰਤੀਬਿੰਬਾਂ ਦੇ ਸਰੋਵਰ ਚੋਂ ਇਸ ਕਾਵ ਸੰਗ੍ਰਹਿ ਨੂੰ ਪਾਸ਼ਾ ਵਿਭਾਗ ਪੰਜਾਬ ਵੱਲੋਂ ਜਿਹੜੇ ਕੀ ਪੁਰਸਕਾਰ ਹਾਸਿਲ ਹੋਇਆ 1981 ਈਸਵੀ ਦੇ ਵਿੱਚ ਤੇ ਇਸ ਤੋਂ ਇਲਾਵਾ ਇਹਨਾਂ ਨੂੰ ਜਿਹੜੇ ਕੀ ਭਾਈ ਵੀਰ ਸਿੰਘ ਅਵਾਰਡ ਆ ਜਿਹੜੇ ਕਿ 1978 ਈਸਵੀ ਦੇ ਵਿੱਚ ਹਾਸਿਲ ਹੋਇਆ ਕਰਤਾਰ ਸਿੰਘ ਧਾਲੀਵਾਲ ਅਵਾਰਡ ਆ ਜਿਹੜੇ ਕਿ 1987 ਈਸਵੀ ਦੇ ਵਿੱਚ ਹਾਸਿਲ ਹੋਇਆ ਨੈਕਸਟ ਆ ਜਸਵੰਤ ਸਿੰਘ ਨੇਕੀ ਜਿਹੜੇ ਕੀ ਭਾਈ ਵੀਰ ਸਿੰਘ ਤੇ ਪ੍ਰੀਤਮ ਸਿੰਘ ਸਫੀਰ ਦੀ ਵਾਦਿਕ ਦਾਰਸ਼ਨਿਕ ਧਾਰਾ ਦੇ ਜਿਹੜੇ ਕੀ ਅਗਲੀ ਕੜੀ ਨੇ ਪ੍ਰੰਤੂ ਜਸਵੰਤ ਸਿੰਘ ਨੇ ਕੀ ਕਿਉਂਕਿ ਇੱਕ ਕਵੀ ਹੋਣ ਦੇ ਨਾਲ-ਨਾਲ ਜਿਹੜੇ ਕੀ ਹੋ ਇੰਪੋਰਟੈਂਟ ਆ ਵਿਗਿਆਨੀ ਤੇ ਮਨੋਵਿਗਿਆਨੀ ਵੀ ਇਸ ਲਈ ਉਹਨਾਂ ਦੇ ਜਿਹੜੀ ਕਿ ਕਵਤਾ ਦੇ ਵਿੱਚ ਵਿਗਿਆਨ ਤੇ ਧਰਮ ਸ਼ੰਕੇ ਤੇ ਵਿਸ਼ਵਾਸ ਮਨੁੱਖੀ ਮਨ ਤੇ ਅਵਚੇਤਨ ਤੇ ਸੁਚੇਤਨ ਦਾ ਟਕਰਾਓ ਜਿਹੜੇ ਕੀ ਮੁੱਖ ਹੁੰਦਾ ਪਰਵਲ ਹੈ ਤੇ ਮਨੋਵਿਗਿਆਨਿਕ ਸੋਚੀ ਵਾਲਾ ਮਨੁੱਖ ਬੁੱਢੇ ਪ੍ਰਾਣੇ ਅਸੂਲਾਂ ਪ੍ਰਤੀ ਜਿਹੜੀ ਕਿ ਸ਼ੰਕਾਵਾਣਾ ਤੇਜਸਵੰਤ ਸਿੰਘ ਨੇ ਕਿ ਅਨੁਸਾਰ ਹੈ ਜਿਹੜੀ ਕਿ ਗਿਆਨ ਦੀ ਪ੍ਰਾਪਤੀ ਹੀ ਸ਼ੰਕੇ ਕਾਰਨ ਹੁੰਦੀ ਹੈ ਜਿਵੇਂ ਉਹਦੇ ਅੱਗੇ ਪੰਕਤੀ ਰੱਤੇ ਹੋਏ ਨੇ ਖੋਜ ਨੇ ਸ਼ੰਕੇ ਲਖ ਉਪਾਏ ਸ਼ੰਕਾ ਗਿਆਨ ਦਾ ਮੂਲ ਸ਼ੰਕੇ ਜਾਪੇ ਗਿਆਨ ਦੀ ਅੱਖ ਨੂੰ ਬੁੱਢੇ ਕਈ ਅਸੂਲ ਤੇਜਸਵੰਤ ਸਿੰਘ ਨੇ ਕਿ ਕਿ ਜਿਹੜੀ ਕਿ ਕਪਤਾ ਦੇ ਵਿੱਚ ਮਨੁੱਖ ਦੀ ਹੋਂਦ ਇਸ ਦਾ ਵਣਨਾ ਤੇ ਮਿਟਣਾ ਮਨੁੱਖ ਦੀ ਸਮੁੱਚੇ ਬ੍ਰਹਿਮੰਡ ਨਾਲ ਸਾਂਝ ਅਜੋਕੇ ਮਾਨਵ ਦੀਆਂ ਮਾਨਸਿਕ ਗੁੰਝਲਾਂ ਅਤੇ ਉਸ ਦਾ ਜਿਹੜੇ ਕਿ ਦਮਵਾਂਤਮਿਕ ਆਪਾ ਇਹ ਸਾਰੇ ਜਿਹੜੇ ਕਿ ਅਨੇਕਾ ਦਾਰਸ਼ਨਿਕ ਤੇ ਵੋਧਿਕ ਜਿਹੜੇ ਕਿ ਵਿਸ਼ੇ ਸ਼ੋਹੇ ਗਏ ਨੇ ਤੇ ਕਵੀ ਇਹਨਾਂ ਵਿਸ਼ਿਆਂ ਬਾਰੇ ਜਿਹੜੇ ਕਿ ਲਿਖਣ ਲੱਗਿਆ ਪਰੰਪਰਾਗਤ ਦਰਸ਼ਨ ਤੇ ਪ੍ਰਾਣੀ ਵਿਚਾਰਧਾਰਾ ਦਾ ਜਿਹੜੇ ਕਿ ਉਹ ਸਹਾਰਾ ਨਹੀਂ ਲੈਂਦੇ ਕਿਉਂਕਿ ਨਵੀਂ ਦ੍ਰਿਸ਼ਟੀ ਨੇ ਜਿਹੜੇ ਕਿ ਮਾਸਤਕ ਭੰਗ ਕੀਤਾ ਨਵੇਂ ਦਰਸ਼ਨ ਨੇ ਜਿਹੜੇ ਕਿ ਤਨਮਨ ਰੰਗ ਕੀਤਾ ਤੇ ਜਸਵੰਤ ਸਿੰਘ ਨੇਕੀ ਦਾ ਜਿਹੜਾ ਕਿ ਮੂਲ ਵਿਸ਼ਾ ਨਵੀਂ ਦ੍ਰਿਸ਼ਟੀ ਤੇ ਨਵੇਂ ਦਰਸ਼ਨ ਰਾਹੀਂ ਮਨੁੱਖੀ ਹੋਂਦ ਦੇ ਸੱਚ ਤੱਕ ਪਹੁੰਚਣਾ ਇੰਪੋਰਟੈਂਟ ਹੈ ਕਿ ਜਸਵੰਤ ਸਿੰਘ ਨੇਕੀ ਦੀ ਜਿਹੜੀ ਕਿ ਮੂਲ ਵਿਸ਼ਾ ਕੀ ਆ ਨਵੀਂ ਦ੍ਰਿਸ਼ਟੀ ਨਵੇਂ ਦਰਸ਼ਨ ਤੇ ਇਸੇ ਲਈ ਜਿਹੜੀ ਕਿ ਜਸਵੰਤ ਸਿੰਘ ਨੇਕੀ ਨਵ ਰਹਿਸਵਾਦੀ ਕਵੀਆਂ ਦੀ ਜਿਹੜੀ ਕਿ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਜਸਵੰਤ ਸਿੰਘ ਨੇਕੀ ਜਿਹੜੇ ਕਿ ਇਹਨਾਂ ਦੀ ਧਾਰਾ ਸੀ ਨਵ ਰਹਿਸਵਾਦੀ ਇਸ ਤੋਂ ਇਲਾਵਾ ਜਿਹੜੇ ਕਿ ਅਧਿਆਨ ਅਤੇ ਵਿਵਸਾਇ ਦੇ ਵਜੂ ਜਿਹੜੇ ਕਿ ਇਹ ਇੱਕ ਮਨੋਚਿਕ ਤੱਕ ਤੇ ਦ੍ਰਿਸ਼ਟੀ ਦੇ ਵੱਲੋਂ ਦਾਰਸ਼ਨਿਕ ਤੇ ਅਨੁਭਵੂ ਦੇ ਵੱਲੋਂ ਇਹ ਜਿਹੜੇ ਕਿ ਜਸਵੰਤ ਸਿੰਘ ਨੇ ਕੀ ਰਹਸਵਾਦੀ ਸੀ ਤੇ ਕਲਾਕਾਰ ਦੇ ਤੌਰ ਤੇ ਜਿਹੜੇ ਕਿ ਜਸਵੰਤ ਸਿੰਘ ਨੇ ਕੀ ਇੱਕ ਸੁਝਵਾਦੀ ਕਵੀ ਦੇ ਤੌਰ ਤੇ ਵੀ ਜਿਹੜੇ ਕਿ ਇਹ ਜਾਣੇ ਜਾਂਦੇ ਨੇ ਤੇ ਜਸਵੰਤ ਸਿੰਘ ਨੇ ਕੀ ਦੇ ਕੇ ਪਹਿਲੀ ਕਵਿਤਾ 1937ਵੀ ਦੇ ਵਿੱਚ ਲਿਖੀ ਗਈ ਸੀ ਇਹਨਾਂ ਦੀ ਪਹਿਲੀ ਕਵਿਤਾ ਜਿਸ ਦਾ ਵਿਸ਼ਾ ਸੀ ਦੇਸ਼ ਭਗਤੀ ਜਸਵੰਤ ਸਿੰਘ ਨੇ ਕਿਹਾ ਜਿਹੜੀ ਕਿ ਪਹਿਲੀ ਕਵਿਤਾ 1937 ਦੇ ਵਿੱਚ ਲਿਖੀ ਗਈ ਤੇ ਇਸ ਦਾ ਵਿਸ਼ਾ ਸੀ ਦੇਸ਼ ਭਗਤੀ ਹਾਂਜੀ ਅੱਗੇ ਰੂਪਕ ਪੱਖ ਜਸਵੰਤ ਸਿੰਘ ਨੇ ਕਿੰਨੇ ਜਿਹੜੀ ਕਿ ਲੰਬੀਆਂ ਤੇ ਛੋਟੀਆਂ ਕਵਿਤਾਵਾਂ ਅਤੇ ਕੁਝ ਵਧੀਆ ਗੀਤ ਵੀ ਲਿਖੇ ਤੇ ਉਹਨਾਂ ਦੇ ਜਿਹੜੀ ਕਿ ਲੰਬੀਆਂ ਕਵਿਤਾਵਾਂ ਦੇ ਵਿੱਚੋਂ ਜਿਵੇਂ ਇਹ ਵੀ ਇੰਪੋਰਟੈਂਟ ਆ ਪੁੱਛਿਆ ਜਾ ਸਕਦਾ ਕਿ ਲੰਬੀਆਂ ਕਵਿਤਾਵਾਂ ਉਹਨਾਂ ਦੀ ਕਿਹੜੀਆਂ-ਕਿਹੜੀਆਂ ਸਨ ਕਰੂਨਾ ਦੀ ਸ਼ੋ ਤੋਂ ਮੰਗਰੋਂ ਸਿਮਰਤੀ ਦੇ ਕਿਰਨ ਤੋਂ ਪਹਿਲਾਂ ਸਤ ਸੋਹਾਨ ਸੱਚ ਅਪਹਰਨ ਇਹ ਜਿਹੜੇ ਕਿ ਲੰਮੀਆਂ ਕਵਿਤਾਵਾਂ ਸਨ ਨਾ ਤੇ ਆਦ ਦਾਰਸ਼ਨਿਕ ਵੀ ਇਹ ਜਿਹੜੇ ਕਿ ਇਹ ਸਾਰੀਆਂ ਕਵਿਤਾਵਾਂ ਜਿਹੜੇ ਲੰਬੇ ਕਵਿਤਾਵਾਂ ਸੀ ਇਹਨਾਂ ਦਾ ਵਿਸ਼ਾ ਦਾਰਸ਼ਨਿਕ ਵਿਸ਼ਾ ਨਾਲ ਸੰਬੰਧਿਤ ਸਨ ਤੇ ਜਸਵੰਤ ਸਿੰਘ ਮੇਕੀ ਦੀ ਕਵਿਤਾ ਦੇ ਵਿੱਚ ਇਤਿਹਾਸਿਕ ਹਵਾਲੇ ਕਾਫੀ ਮਾਤਰਾ ਦੇ ਵਿੱਚ ਮਿਲਦੇ ਸਨ ਤੇ ਉਹਨਾਂ ਦੇ ਜਿਹੜੇ ਕਿ ਸ਼ਬਦਾਵਲੀ ਉੱਪਰ ਗੁਰਬਾਣੀ ਦਾ ਪ੍ਰਭਾਵ ਤੇਜਸਵੰਤ ਸਿੰਘ ਨੇਕੀ ਦੇ ਜਿਹੜੇ ਕਿ ਬਾਦਸ਼ਾਹ ਸੁੰਦਰ ਤੇ ਸਾਹਿਤਿਕ ਹਾਂਜੀ ਇਸ ਤੋਂ ਇਲਾਵਾ ਕੁਝ ਹੋਰ ਪੁਆਇੰਟ ਕਿ ਜਸਵੰਤ ਸਿੰਘ ਨੇ ਕਿ ਜਿਹੜੇ ਕਿ ਕਿਹੜੇ ਦੌਰ ਦੇ ਕਵੀ ਸਨ ਤਾਂ ਤੀਜੇ ਦੌਰ ਦੇ ਜਿਹੜੇ ਕਿ ਕਵੀ ਸਨ ਤੇ ਨੈਕਸਟ ਆ ਵਿਦਿਆਰਥੀ ਜੀਵਨ ਦੇ ਵਿੱਚ ਜਿਹੜੇ ਕਿ ਉਹਨਾਂ ਨੇ ਆਪਣਾ ਤਕਲਸ਼ ਜਿਹੜੇ ਕਿ ਮੁੱਲਤਾਸੀ ਰੱਖਿਆ ਤੇ ਇਹ ਜਿਹੜੇ ਕਿ ਜਸਵੰਤ ਸਿੰਘ ਨੇ ਕਿ ਜਿਹੜੇ ਕਿ ਰਾਈਸ ਖਾਨਦਾਨ ਦੇ ਵਿੱਚੋਂ ਸਨ ਤੇ ਬਾਅਦ ਦੇ ਵਿੱਚ ਜਿਹੜੇ ਕਿ ਆਪਣੇ ਨਾਂ ਦੇ ਨਾਲ ਇਹਨਾਂ ਨੇ ਜਿਹੜੇ ਕਿ ਨੇਕੀ ਸ਼ਬਦ ਜੋੜਿਆ ਹਾਂਜੀ ਇਹ ਸੀ ਜਿਹੜੀ ਕਿ ਥਿਊਰੀ ਜਸਵੰਤ ਸਿੰਘ ਨੇਕੀ ਬਾਰੇ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕਸ